सत श्रीकाल मैं जसविंदर कौर खालस टीवी से थोड़ा स्वागत है हेडलाइनस तो पहला सुनो आज का विचार हर शह अंदर खूबसूरती है तु बस वेखना सिखो आज अठ नवंबर दिन शुक्रवार पेश हैं अज दडलाइंस पंजाब हल्की ठंड होगी महसूस मीँ पैन तो बाद सर्दी। ਪੰਜਾਬ ਦੇ ਮੰਡੀ ਗੋਬਿੰਦਗੜ੍ਹ ਚ ਪ੍ਰਦੂਸ਼ਣ ਨੇ ਕੀਤਾ ਬੁਰਾ ਹਾਲ AQI 280 ਕੀਤਾ ਗਿਆ ਦਰਜ ਪਾਕਿਸਤਾਨ ਦੇ ਲਾਹੌਰ ਚ ਪ੍ਰਦੂਸ਼ਣ ਨੇ ਕਰੇ ਤਾੜੇ ਲੋਕ AQI 1100 ਕੀਤਾ ਗਿਆ ਦਰਜ ਕੈਨੇਡਾ ਹੁਣ ਨਹੀਂ ਦੇਵੇਗੀ 10 ਸਾਲਾਂ ਦਾ ਵਿਜ਼ਟਰ ਵੀਜ਼ਾ ਜਿੰਨੇ ਦਿਨ ਦਾ ਹੈ ਕੰਮ ਉਹਨੇ ਦਿਨ ਦਾ ਹੀ ਮਿਲੇਗਾ ਵੀਜ਼ਾ ਬਦਲਾਅ ਭਾਰਤੀਆਂ ਨੂੰ ਕਰੇਗਾ ਵੱਡੇ ਪੱਧਰ ਤੇ ਪ੍ਰਭਾਵਿਤ ਕੈਨੇਡਾ ਨੇ ਟਿਕਟੌਕ ਦਫ਼ਤਰਾਂ ਨੂੰ ਕੀਤਾ ਬੰਦ ਕੌਮੀ ਸੁਰੱਖਿਆ ਦੇ ਮੱਦੇ ਨਜ਼ਰ ਲਿਆ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ 'ਚ ਨਵੇਂ ਸਰਪੰਚਾਂ ਨੂੰ ਚੁਕਾਉਣਗੇ ਸੌ ਸਰਕਾਰ ਨੇ ਤਿਆਰੀਆਂ ਕੀਤੀਆਂ ਮੁਕੰਮਲ ਸੁਪਰੀਮ ਕੋਰਟ ਨੇ ਸਰਕਾਰੀ ਨੌਕਰੀਆਂ ਦੀ ਚੋਣ ਪ੍ਰਕਿਰਿਆ ਤੇ ਸੁਣਾਇਆ ਫੈਸਲਾ ਕਿ ਹਾ ਨਿਯੁਕਤੀ ਲਈ ਭਰਤੀ ਨੀਮਾ ਨੂੰ ਵਿਚਾਲੇ ਨਹੀਂ ਬਦਲਿਆ ਜਾ ਸਕਦਾ ਸੰसेक्स ਤੇ ਨਿਫਟੀ 'ਚ ਫਿਰ ਗਿਰਾਵਟ ਕੀਤੀ ਗਈ ਦਰਜ ਸੰसेक्स 'ਚ 800 ਤੇ ਨਿਫਟੀ 'ਚ 270 ਅੰਕਾਂ ਦੀ ਆਈ ਗਿਰਾਵਟ ਸੋਨੇ ਤੇ ਚਾਂਦੀ ਦੀ ਕੀਮਤ 'ਚ ਫਿਰ ਆਈ ਵੱਡੀ ਕਮੀ ਸੋਨੇ 'ਚ 430 ਤੇ ਚਾਂਦੀ 'ਚ ਵੀ 14 ਦਿਨਾਂ ਦੇ ਅੰਦਰ 6250 ਰੁਪਏ ਦੀ ਆਈ ਕਮੀ ਕੇਂਦਰ ਸਰਕਾਰ ਨੇ ਪਰਾਲੀ ਸਾੜਨ ਤੇ ਜੁਰਮਾਨਾ ਕੀਤਾ ਡਬਲ ਕਿਸਾਨ ਜਥੇਬੰਦੀਆਂ ਨੇ ਫੈਸਲੇ ਦੀ ਕੀਤੀ ਨਿੰਦਾ ਰਾਜਪਾਲ ਗੁਲਾਬਚੰਦ ਕਟਾਰੀਆਂ ਨੇ ਪ੍ਰਾਲੀ ਸਾੜਨ ਦੇ ਮਾਮਲੇ 'ਚ ਕਿਸਾਨਾਂ ਦਾ ਦਿੱਤਾ ਸਾਥ ਕਿਹਾ ਕਿਸਾਨਾਂ ਤੇ ਸਖਤੀ ਦੀ ਥਾਂ ਪਹਿਲਾਂ ਇਸ ਦਾ ਦਿੱਤਾ ਜਾਵੇ ਬਦਲ ਨਗਰ ਨਿਗਮ ਚੋਣਾ ਤੇ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ ਵਾੜਰਬੰਦੀ ਦੇ ਬਾਅਦ ਹੀ ਚੋਣਾ ਕਰਾਉਣ ਤੇ ਅੜੀ ਹੈ ਸਰਕਾਰ ਬੀਤੇ ਦਿਨੀ ਹਾਈ ਕੋਰਟ ਨੇ ਸਰਕਾਰ ਨੂੰ ਲਗਾਈ ਸੀ ਫਟਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਖਤਮ ਕਰਨ ਤੇ ਸਰਕਾਰ ਦੇ ਵਿਰੋਧੀ ਹੋਏ ਇੱਕ ਕਾਂਗਰਸੀਆਂ ਤੇ ਅਕਾਲੀਆਂ ਮਿਲ ਕੇ ਕੇਂਦਰ ਸਰਕਾਰ ਤੇ ਕੱਢਿਆ ਗੁੱਸਾ। ਕਰਨਾਟਕਾ ਨੂੰ ਨਹੀਂ ਪਸੰਦ ਆਏ ਪੰਜਾਬ ਦੇ ਚੌਲ ਚੌਲਾਂ ਦੇ ਨਮੂਨਿਆਂ ਨੂੰ ਦੱਸਿਆ ਗੈਰ ਮਿਆਰੀ। ਪੰਜਾਬ ਸਰਕਾਰ ਨੇ ਫਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫਸਰ ਜਗੀਰ ਸਿੰਘ ਨੂੰ ਕੀਤਾ ਮੁਅਤਲ ਡੀਏਪ ਦੇ ਗੈਰ ਕਾਨੂੰਨੀ ਭੰਡਾਰਨ ਦੇ ਮਾਮਲੇ 'ਚ ਕੀਤੀ ਕਾਰਵਾਈ। ਜ਼ਮੀਨੀ ਚੋਣਾ ਨੂੰ ਲੈ ਕੇ ਪਖਿਆ ਮੈਦਾਨ ਗਿੱਦਰਬਾਬ ਬਣੀ ਹੌਟ ਸੀਟ ਰਾਜਾ ਵਿਡਿੰਗ ਤੇ ਰਵਨੀਤ ਬਿੱਟੂ ਨੇ ਫਿਰ ਦਾਗੇ ਇੱਕ ਦੂਜੇ ਤੇ ਬਿਆਨ ਰਾਜਪਾਰ ਗੁਲਾਬ ਚੰਦ ਕਟਾਰੀਆ ਅੱਜ ਕਰਨਗੇ ਸਰਹੱਦੀ ਖੇਤਰ ਬਮਿਆਲ ਦਾ ਦੌਰਾ ਬਮਿਆਲ ਦੇ ਮਹਾਰਾਣਾ ਪ੍ਰਤਾਪ ਪਬਲਿਕ ਸਕੂਲ ਚ ਤਿਆਰੀਆਂ ਮੁਕੰਮਲ ਵਿਜੀਲੈਂਸ ਦੀ ਟੀਮ ਨੇ ਫਰੀਦਕੋਟ ਦੇ ਜ਼ਿਲ੍ਹਾ ਖੇਡ ਅਫਸਰ ਦੇ ਦਫ਼ਤਰ 'ਚ ਕੀਤੀ ਰੇਡ ਖੇਡ ਵਤਨ ਪੰਜਾਬ ਦੀ ਛੋਏ ਘਟਾਲੇ ਦੇ ਸ਼ੱਕ ਤਹਿਤ ਕੀਤੀ ਕਾਰਵਾਈ ਪਹਿਲਵਾਨ ਸਾਖਸ਼ੀ ਮਲਿਕ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ ਬ੍ਰਿਜਪੂਸ਼ਨ ਸ਼ਰਨ ਸਿੰਘ ਨਾਲ ਜੁੜੇ ਲੋਕਾਂ ਤੇ ਧਮਕੀਆਂ ਦੇਣ ਦੇ ਲੱਗੇ ਇਲਜ਼ਾਮ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਔਰਤ ਨੇ ਕੀਤੀ ਖੁਦਕੁਸ਼ੀ ਬਾਬਾ ਅਟਲ ਰਾਏ ਸਾਹਿਬ ਦੀ 6ਵੀਂ ਮੰਜ਼ਿਲ ਤੋਂ ਮਾਰੀ ਛਾਲ ਦਿੱਲੀ ਵਾਸੀਆਂ ਨੂੰ ਆਉਣ ਵਾਲੇ ਦਿਨਾਂ 'ਚ ਵੀ ਪ੍ਰਦੂਸ਼ਣ ਤੋਂ ਨਹੀਂ ਮਿਲੇਗੀ ਰਾਹਤ ਦਿੱਲੀ ਦੇ ਕਈ ਇਲਾਕਿਆਂ 'ਚ 에ਅਰ ਕੁਆਲਿਟੀ ਇੰਡੈਕਸ 400 ਨੂੰ ਕਰ ਗਿਆ ਪਾਰ ਜੰਮੂ ਕਸ਼ਮੀਰ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਸਤਾਤਾਰੀ ਪਾਰਟੀ ਤੇ ਵਿਰੋਧੀ ਧਿਰ ਭਾਜਪਾ ਦੇ ਵਿਧਾਇਕਾਂ ਨੇ ਇੱਕ ਦੂਜੇ ਨੂੰ ਮਾਰੇ ਤਕੇ हरियाणा ਚ ਲਗਾਤਾਰ ਆ ਰਹੇ ਕੈਂਸਰ ਦੇ ਮਾਮਲੇ ਹਰ ਮਹੀਨੇ ਕੈਂਸਰ ਦੇ 2916 ਨਵੇਂ ਮਰੀਜ਼ ਆ ਰਹੇ ਨੇ ਸਾਹਮਣੇ ਡੋਨਲਡ 트ੰਪ ਅਮਰੀਕਾ ਦੇ ਬਣੇ ਅਗਲੇ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਬੂਲੀ ਹਾਰ ਤਾਲੀਬਾਨ ਸਰਕਾਰ ਨੇ ਡੋਨਲਡ 트ੰਪ ਦੀ ਜਿੱਤ ਤੇ ਦਿੱਤੀ ਪ੍ਰਿਕਿਰਿਆ ਕਿਹਾ ਆਸ ਹੈ 트ੰਪ ਸੰਤੁਲਨ ਵਿਦੇਸ਼ ਨੀਤੀ ਤਹਿਤ ਕਰਨਗੇ ਫੈਸਲੇ ਅੱਜ ਦੀਆਂ ਹੈਡਲਾਈਨਸ ਦੇ ਵਿੱਚ ਇਨਾ ਹੀ ਦਿਓ ਇਜਾਜ਼ਤ ਦੇਸ਼ ਦੁਨੀਆ ਦੀਆਂ ਖਬਰਾਂ ਜਾਣਨ ਲਈ ਵੇਖਦੇ ਰਹੋ ਦਾ ਖਾਲਸ ਟੀਵੀ